ਭਾਜੀ ਕੀ ਨਾਮ ਆਪਣਾ ਧਰਮਿੰਦਰ ਸਿੰਘ ਜੀ ਅਤੇ ਕੀ ਗੱਲ ਹੋਈ ਆ ਅੱਜ ਗੱਲ ਹੋਈ ਆ ਜੀ ਅੱਜ ਸਾਨੂੰ ਸਵੇਰੇ 12 ਵਜੇ ਨਾਲ ਫੋਨ ਗਿਆ ਵਾ ਪਹਿਲਾਂ ਪਰਸੋਂ ਚਾਚਾ ਜੀ ਸਾਡੇ ਨੇ ਲੜਕੀ ਨੂੰ ਫੜਿਆ ਵਾ ਅਤੇ ਕੱਲ੍ਹ ਮੁੰਡਾ ਇਹ ਲੈ ਗਿਆ ਸਵੇਰੇ 9 ਵਜੇ ਨਾਲ ਅੱਜ ਸਾਨੂੰ ਫੋਨ ਕਰਤਾ ਵੀ ਕੁੜੀ ਪੂਰੀ ਹੋ ਗਈ ਝਗੜਾ ਚੱਲਦਾ ਇਹਨਾਂ ਦਾ ਕੀ ਕਿੰਨਾ ਚਿਰ ਹੈਗਾ ਵਿਆਹ ਇਹਨੂੰ ਵਿਆਹ ਨੂੰ ਹੋ ਗਿਆ ਜੀ 5-6 ਮਹੀਨੇ ਹੋ ਗਏ ਸਾਹਿਬ ਅਤੇ ਕੀ ਕਰਦਾ ਘਰ ਵਾਲਾ ਇਹਦਾ ਘਰ ਵਾਲਾ ਇੱਦਾਂ ਦਿਹਾੜੀ ਧੂੜੀ ਕਰਦਾ ਕਦੀ ਮੰਡੀ ਚੱਲ ਗਿਆ ਕਦੀ ਕੋਈ ਹੋਰ ਕੰਮ ਕਰ ਲਿਆ ਮੇਰੀ ਇੱਥੇ ਲੜਕੀ ਵਿਆਹੀ ਸੀ ਕੰਮੀ ਦਾਜ ਦਾ ਕਰਕੇ ਉਹਨਾਂ ਨੇ ਦਾਜ ਹੀ ਮੰਗਦੇ ਰਹੇ ਮੇਰੇ ਕੋਲ ਕੁੜੀ ਮੈਂ ਘਰ ਲੈ ਜਾਂਦਾ ਰਿਹਾ ਮੁੜ ਕੇ ਫੇਰ ਲੈ ਆਉਂਦੇ ਰਹੇ ਵਿਚੋਲੇ ਵੀ ਜਾ ਕੇ ਨਾ ਜਾ ਕੇ ਲੈ ਘੱਲ ਦਿੰਦੇ ਰਹੇ ਅੱਜ ਮੈਂ ਉਹਨਾਂ ਨਾਲ ਫੋਨ ਕੀਤਾ ਵੀ ਦੁਕਾਨ ਨੂੰ ਬਹਿ ਕੇ ਗੱਲ ਕਰਾਂਗੇ ਅਤੇ ਮੈਂ ਹੁਣ ਆਇਆ ਅਤੇ ਦੁਪਹਿਰਾਂ ਨੂੰ ਖਤਮ ਕਰਤੀ ਮੇਰੀ ਤੁਹਾਡੀ ਬੇਟੀ ਦਾ ਨਾਂ ਕੀ ਅਤੇ ਕਿੰਨੀ ਦੀ ਉਮਰ ਸੀ ਉਮਰ 18 ਸਾਲ ਤੋਂ ਉੱਪਰ ਹੋ ਗਈ ਹੈ ਅੱਛਾ ਜੀ 5-4 ਮਹੀਨੇ ਕੀ ਨਾਂ ਉਹਦਾ ਪੂਜਾ ਪੂਜਾ ਅਤੇ ਪਹਿਲਾਂ ਵੀ ਕੋਈ ਝਗੜਾ ਝੁੜਾ ਦਿੰਦਾ ਸੀ ਕੋਈ ਪਹਿਲਾਂ ਵੀ ਮੈਂ ਕੁੜੀ 2 ਮਹੀਨਾ ਘਰ ਖੜ ਕੇ ਵੇਖ ਲਈ ਵਿੱਚੋਂ ਅਤੇ ਪਰ ਫਿਰ ਲੈ ਆਉਂਦੇ ਰਹੇ ਅਤੇ ਲੈ ਕੇ ਮੈਂ ਗਿਆ ਵਾਂ ਪਰਸੋਂ ਲੈ ਕੇ ਗਿਆ ਵਾਂ ਅਤੇ ਸਵੇਰੇ ਰਾਤ ਰਹਿ ਕੇ ਅਤੇ ਸਿਰ 'ਤੇ ਫਿਰ ਲਿਆ ਕੱਲ੍ਹ ਲੈ ਕੇ ਆਇਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਆਉਂਦੇ ਵੀ ਇਹਨਾਂ ਨੂੰ ਮਾਂ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਰਪੰਚ ਸਾਹਿਬ ਕੀ ਸਾਰੀ ਗੱਲਬਾਤ ਹੈ ਜਿਹੜਾ ਲੜਕੀ ਡੈਥ ਜਿਹੀ ਹੋਈ ਹੈ ਲੜਕੀ ਦੀ ਡੈਥ ਹੈਗਾ ਜੀ ਲੜਾਈ ਝਗੜਾ ਚੱਲਦਾ ਤੁਹਾਨੂੰ ਨਾ ਅੱਜ ਮੰਗਦੇ ਇਸ ਕਰਕੇ ਕੱਲ੍ਹ ਇੱਕ ਪਰਸੋਂ ਲੈ ਕੇ ਆਇਆ ਕੱਲ੍ਹ ਫਿਰ ਕਿਤੇ ਇਹਨੇ ਕੱਲ੍ਹ ਦਿੱਤੀ ਹੈ ਨਾਲ ਅੱਜ ਉਹਨੂੰ ਵਿਚਾਰੀ ਨੂੰ ਸਾਹ ਦੇ ਕੇ ਮਾਰ ਦਿੱਤਾ ਅਤੇ ਹੁਣ ਫਿਰ ਥਾਣੇ ਰਿਪੋਰਟ ਦਿੱਤੀ ਹਾਂਜੀ ਹਾਂਜੀ ਥਾਣੇ ਤੋਂ ਪੱਕੇ ਹੋ ਗਏ ਮਾਂ ਅਤੇ ਮੁੰਡੇ ਦੇ ਇਨਸਾਫ ਹੋਣਾ ਚਾਹੀਦਾ ਪਰਿਵਾਰ ਨਾਲ ਹਾਂਜੀ ਇਨਸਾਫ ਮਿਲੂਗਾ ਜੀ ਮਿਲਣਾ ਚਾਹੀਦਾ ਵੀ ਧੱਕਾ ਕੀਤਾ ਉਹਨਾਂ ਨੇ ਗਰੀਬਾਂ ਨੂੰ ਅਤੇ ਕੀ ਕਰਦਾ ਕਿ ਮੁੰਡਾ ਕੰਮ ਕੀ ਕਰਦਾ ਜੀ ਇੱਦਾਂ ਦਿਹਾੜੀ ਦਾ ਪਈ ਕਰਦਾ ਜੀ ਮੈਂ ਤਾਂ ਮਨਜ਼ੂਰੀ ਕਰਦਾ ਇੱਕ ਪੂਜਾ ਨਾਮ ਦੀ ਲੜਕੀ ਇੱਥੇ ਕੰਗਾ ਪਿੰਡ ਦੇ ਵਿੱਚ ਕਰੀਬ 6 ਮਹੀਨੇ ਪਹਿਲਾਂ ਰਹਿ ਗਈ ਸੀ ਉਸ ਲੜਕੀ ਦੇ ਜਿਹੜੇ ਸਹੁਰਾ ਪਰਿਵਾਰ ਸੀ ਉਹ ਦਾਜ ਦੇ ਦੀ ਮੰਗ ਕਰਦੇ ਸੀਗੇ ਕਈ ਵਾਰੀ ਇਹਨਾਂ ਦਾ ਫੈਸਲਾ ਵੀ ਹੋਇਆ 4 ਕੁ ਦਿਨ ਪਹਿਲਾਂ ਲੜਕੀ ਦਾ ਬਾਪ ਲੜਕੀ ਨੂੰ ਲੈ ਕੇ ਆਪਣੇ ਪੇਕੇ ਵੀ ਗਿਆ ਸੀਗਾ ਪਰ ਇਹਦੇ ਘਰ ਵਾਲਾ ਜਿਹੜਾ ਜੰਗਜੀਤ ਸਿੰਘ ਆ ਉਹ ਲੜਕੀ ਨੂੰ ਕੱਲ੍ਹ ਉੱਥੇ ਲੈ ਕੇ ਆਇਆ ਅਤੇ ਅੱਜ ਸਵੇਰੇ ਕਰੀਬ 9 ਵਜੇ ਲੜਕੀ ਨੂੰ ਫਾਹ ਦੇ ਕੇ ਮੌਤ ਦੇ ਘਰ ਉਤਾਰ ਦਿੱਤਾ ਜਿਹੜੀ ਉਹਦੇ ਮੁਕਾਬਲੇ ਮੁਕੱਦਮਾ ਦਰਜ ਕਰਕੇ ਸਰਬਜੀਤ ਸਿੰਘ ਜਿਹੜਾ ਲੜਕੀ ਦਾ ਬਾਪ ਹੈ ਉਹਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਦੋ ਬੰਦਿਆਂ ਦੇ ਮੁਕੱਦਮਾ ਦਰਜ ਹੋਇਆ ਬਾਕੀ ਤਫਤੀਸ਼ ਦੇ ਵਿੱਚ ਜਿੱਦਾਂ ਦੀ ਗੱਲ ਸਾਹਮਣੇ ਆਊਗੀ ਉਹਦੇ ਮੁਤਾਬਕ ਕੀਤੀ ਜਾਊਗੀ ਚਮਤਕਾਰ ਹੋਤੇ ਹੈ ਦੇਖੇ ਆਪਣੀ ਆਂਖੋਂ ਕੇ ਸਾਹਮਣੇ 3 ਘੰਟੇ ਮੇਂ ਹਰ ਸਮੱਸਿਆ ਕਾ ਹੱਲ ਪਾਓ ਸਾਥ ਇਲਮੋ ਕੇ ਮਾਹਿਰ ਮੌਲਾਨਾ ਕਬੀਰ ਖਾਨ ਮੇਰੇ ਕੀਏ ਕੋ ਕੋਈ ਕਾਟ ਨਹੀਂ ਸਕਤਾ ਮਨ ਚਾਹਾ ਪਿਆਰ ਪਤੀ ਪਤਨੀ ਮੇਂ ਅਨਬਨ ਕਾਲੇ ਜਾਦੂ ਸੇ ਖਾਤਮਾ ਬਿਮਾਰੀ ਮੇਂ ਦਵਾ ਕਾ ਨਾ ਲਗਨਾ ਵਸ਼ੀਕਰਨ ਕਰਵਾਓ ਜਿਸੇ ਚਾਹੇ ਉਸੇ ਆਪਣੇ ਵਸ਼ ਮੇਂ ਕਰੇ ਲੋਟਰੀ ਨੰਬਰ ਪਾਓ ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਨ ਕੋ ਆਪਣੀ ਆਂਖੋਂ ਕੇ ਸਾਹਮਣੇ ਤੜਫਤਾ ਦੇਖੇ ਮੌਲਾਨਾ ਕਬੀਰ ਖਾਨ ਫੀਸ ਨਹੀਂ ਇਨਾਮ ਲੂੰਗਾ ਧੋਖਾ ਨਹੀਂ ਕਾਮ ਕਰੂੰਗਾ ਸਭੀ ਜਗ੍ਹਾ ਸੇ ਨਿਰਾਸ਼ ਲੋਕ ਏਕ ਬਾਰ ਜ਼ਰੂਰ ਮਿਲੇ ਸੰਪਰਕ ਕਰੋ ਮੋਬਾਈਲ ਨੰਬਰ +91 9592 4883 47